ਤਾਂ ਸੋਗ ਦਾ ਮਾਹੌਲ ਹੈ ਪਿੰਡ ਦੇ ਵਿੱਚ, ਹਰ ਪਾਸੇ ਸਨਾਟਾ ਪਸਰਿਆ ਹੋਇਆ। ਮਾਤਾ ਜੀ, ਸਿੱਧੂ ਮੂਸੇਵਾਲਾ ਸ਼ੁਭਦੀਪ ਹੈਗਾ ਹੈ, ਹੈ ਨਾ ਮੁੰਡਾ, ਕਿਵੇਂ ਦਾ ਸੀ? ਕਿਉਂਕਿ ਪਿੰਡ ਦੇ ਤੁਸੀਂ ਰਹਿਣ ਵਾਲੇ ਹੋ, ਪਿੰਡ ਦੇ ਵਿੱਚ ਅਕਸਰ ਉਹਨੂੰ ਦੇਖਦੇ ਰਹੇ। ਬਹੁਤ ਵਧੀਆ ਜੀ, ਪਿੰਡ 'ਚ ਤਾਂ ਕੋਈ ਗੱਲ ਨਹੀਂ ਸੀ, ਸਭ ਨੂੰ ਪਿਆਰ ਨਾਲ ਵਧੀਆ। ਕਦੇ ਉਹਨੂੰ ਆਇਆ ਹੈ ਹੀ ਨਹੀਂ ਸੀਗਾ ਵੀ ਮੈਂ ਐਡਾ ਕਲਾਕਾਰ ਹਾਂ। ਆਮ ਹੀ ਘੁੰਮਦਾ ਸੀ, ਹੈ ਨਾ, ਘੁੰਮਦਾ ਤੇ ਹਾਂ। ਜਿਹੜਾ ਹੁਣ ਇਹ ਕਤਲ ਕਰ ਦਿੱਤਾ ਗਿਆ ਸ਼ਰੇਆਮ, ਇਹਦੇ ਨਾਲ ਫਿਰ ਦਹਿਸ਼ਤ ਵੀ ਫੈਲਦੀ ਹੈ ਮਨਾਂ ਦੇ ਵਿੱਚ, ਹੈ ਨਾ। ਹੋਰ ਫੈਲਦੀ ਤਾਂ ਹੈਗੀ ਹੈ। ਆਮ ਸੜਕ ਤੇ ਘੁੰਮਣਾ ਵੀ ਹੁਣ ਨੌਜਵਾਨਾਂ ਲਈ ਖਤਰਾ ਹੈ। ਹਾਂਜੀ, ਸਾਡਾ ਘਰ ਤਾਂ ਵਰਕਸ਼ਾਪ ਵਾਲਿਆਂ ਦਾ ਰਹਿ ਗਿਆ, ਉੱਥੇ ਜਾਂਦੇ ਸੀ, ਕੰਮ ਧੰਦਾ ਕਰਾਉਂਦੇ ਸੀਗੇ ਜੀ। ਵਧੀਆ ਸੀਗਾ, ਮੋਹ ਪਿਆਰ ਵਾਲਾ ਬੰਦਾ ਸੀਗਾ ਜੀ, ਕੋਈ ਰੁੱਖ ਤਾਂ ਨਹੀਂ, ਕਿਸੇ ਨਾਲ ਵੀ ਬੋਲਦਾ ਸੀ, ਵਧੀਆ ਠੀਕ ਸੀਗਾ ਜੀ। ਬਿਲਕੁਲ, ਹਰ ਪਾਸੇ ਸਨਾਟਾ ਪਸਰਿਆ ਹੋਇਆ ਤੇ ਲੋਕ ਵੀ ਆ ਜਾ ਰਹੇ ਨੇ, ਕਿਉਂਕਿ ਸੰਸਕਾਰ ਦਾ ਹਾਲੇ ਤੱਕ ਕੋਈ ਕਨਫਰਮ ਨਹੀਂ ਹੋਇਆ ਕਿ ਅੱਜ ਕਰਨਾ ਜਾਂ ਨਹੀਂ ਕਰਨਾ, ਪਰਿਵਾਰ ਦੀ ਸਹਿਮਤੀ ਤੋਂ ਬਾਅਦ ਹੀ ਇਹ ਜਿਹੜਾ ਹੋਏਗਾ ਗੱਲ। ਬਾਈ ਜੀ, ਕਿੱਥੋਂ ਤੁਸੀਂ? ਮਾਨਸਾ ਤੋਂ ਆਏ ਭਾਈ ਜੀ। ਅੱਛਾ, ਕਿਵੇਂ ਘਟਨਾ ਨੂੰ ਜਦੋਂ ਤੁਸੀਂ ਸੁਣਿਆ ਤਾਂ ਉਸ ਤੋਂ ਬਾਅਦ ਕੀ ਮਾਹੌਲ ਕੀ ਹੈ ਏਰੀਆ ਦੇ ਵਿੱਚ? ਦੁੱਖ ਜਿਹਾ ਮਹਿਸੂਸ ਹੋਇਆ ਯਾਰ, ਬਸ ਰੋ ਨਹੀਂ ਆਉਂਦਾ ਹਾਲਾ ਯਾਰ, ਖਬਰ ਸੁਣ ਕੇ ਹਾਲਾ ਸੁਣੇ ਨਾ ਖਬਰ। ਜਿੰਨੇ ਵੀ ਅੰਜਾਮ ਦਿੱਤਾ ਜਾਂ ਕੁਛ ਵੀ ਹੈ, ਕੀ ਕਹਿਣਾ ਚਾਹੁੰਦੇ? ਬਸ ਕੁਛ ਨਹੀਂ, ਉਹ ਪਰਮਾਤਮਾ ਦੇਖੋ ਇਹਨੂੰ। ਹਾਂਜੀ, ਇੱਕ ਤੁਸੀਂ ਰੰਜਿਸ਼ ਜੇ ਕੱਢਣੀ ਹੈ ਤਾਂ ਬੋਲਾਂ ਦੇ ਨਾਲ ਕੱਢ ਲਓ, ਹੈ ਨਾ, ਇਵੇਂ ਲੱਗਦਾ ਹੈ ਕਿਸੇ ਨੂੰ, ਬਸ ਗੱਲ ਹੀ ਨਹੀਂ ਆਉਂਦੀ ਸੀ ਬਸ। ਬਾਪੂ ਜੀ, ਕੀ ਨਾਮ? ਨਿੱਕਾ ਸਿੰਘ। ਕਿਵੇਂ ਦੇਖ ਰਹੇ ਹੋ ਜਰਾ ਜਿਹੜਾ ਹੁਣ ਕਤਲ ਕਰ ਦਿੱਤਾ ਜਾਂਦਾ, ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ? ਬਹੁਤ ਤਕਲੀਫ ਹੋਈ ਹੈ ਜੀ। ਥੋੜੀ ਦੇਰ ਦੇ ਵਿੱਚ ਇਹ ਕਨਫਰਮ ਹੋਵੇਗਾ ਕਿ ਸੰਸਕਾਰ ਅੱਜ ਹੋਣਾ ਹੈ ਜਾਂ ਨਹੀਂ ਹੋਣਾ, ਕਿਉਂਕਿ ਪਰਿਵਾਰ ਦੇ ਹਾਲੇ ਤੱਕ ਸਹਿਮਤੀ ਤਾਂ ਨਹੀਂ ਮਿਲੀ ਸੰਸਕਾਰ ਦੀ, ਔਰ ਸਮਰਥਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ, ਜਿਸ ਦੇ ਨਾਲ ਜੋ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਿਤੇ ਨਾ ਕਿਤੇ ਦਬਾਅ ਜ਼ਰੂਰ ਬਣ ਰਿਹਾ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜੇਕਰ ਸਮਰਥਨ ਆ ਜਾਂਦੇ ਨੇ ਤਾਂ ਉਹਨਾਂ ਨੂੰ ਕੰਟਰੋਲ ਕਰਨਾ ਵੀ ਔਖਾ ਹੋਵੇਗਾ। ਕੈਮਰਾ ਪਰਸਨ ਮੋਨੂ ਦੇ ਨਾਲ ਰਾਹੁਲ ਕਾਲਾ, ਜਗਬਾਣੀ ਟੀਵੀ, ਮਾਨਸਾ।